ਅੱਜ ਕਿਹਦੇ ਕੰਮ ਵੱਡਾ ਹੈ ਹਾਂਜੀ ਹਾਂ ਅੱਜ ਪੂਰੇ ਪੱਤਰ ਲੈਵਲ ਤੇ ਗਾਣਾ ਹੋਣਾ ਜਿਵੇਂ ਕਿ ਪ੍ਰੇਮ ਢਿੱਲੋਂ ਤੇ ਅਰਮਾਨ ਵਿੱਚ ਤਾਂ ਪਹਿਲਾਂ ਉਹ ਸੌਂਗ ਆ ਉਹ ਸੌਂਗ ਦੀ ਆਪਾਂ ਉਹ ਸ਼ੂਟ ਕਰਨਾ ਗਾ ਤੇ ਦੂਜਾ ਕਰਨਾ ਗਾ ਉਹਦਾ ਜਿਹੜਾ ਦੱਸਿਆ ਸੀ ਮੈਂ ਹੁਣ ਨਿੰਜਾ ਬਾਈ ਜ਼ਿੰਦਗੀ ਕਿਸੇ ਦਾ ਨਿੰਜਾ ਨਿੰਜੇ ਦਾ ਇੱਕ ਨਿੰਜੇ ਦੇ ਸੌਂਗ ਦਾ ਉਹ ਕਰਨਾ ਸੌਂਗ ਦਾ ਉਹ ਕਰਨਾ ਗਾ ਤੀਜਾ ਕਿਹੜਾ ਗਾ ਇੱਕ ਜ਼ਿੰਦਗੀ ਗੀਤ ਹੈਗਾ ਹੋਰ ਸਿੰਗਰ ਹੈਗਾ ਤੇ ਮਤਲਬ ਕਿ ਤਿੰਨ ਜਾਣਿਆਂ ਦੇ ਆਪਾਂ ਸ਼ੂਟ ਕਰਨਾ ਗਾ ਟਰੈਕਟਰ ਘੋੜੀ ਗੱਡੀ ਗੁਰੀ ਸੰਡੀ ਤੇ ਅੱਜ ਪੂਰੇ ਸਮਝ ਲਓ ਵੀ ਵੱਡੇ ਲੈਵਲ ਦਾ ਕੰਮ ਆ ਸਾਰੀ ਟੀਮ ਜਾਊਂਗੀ ਡੈਡੀ ਹੋ ਗਿਆ ਤੂੰ ਹੋ ਗਈ ਸਾਰੇ ਫੁੱਲ ਮੈਂਬਰ ਟੀਮ ਦੇ ਜਾਣਗੇ ਤੇ ਉੱਥੇ ਵੱਡੇ ਲੈਵਲ ਦਾ ਧਮੱਚੋ ਮੱਚਣੀਆਂ ਕੈਂਪਰ ਕੂੰਪਰ ਪਾਣੀ ਵਾਲੇ ਭਰ ਲਓ ਲੋੜ ਪੈ ਸਕਦੀ ਆ ਕੁੜਤੇ ਚਾਦਰੇ ਲੱਗਣਗੇ ਗੰਡਾਸੇ ਗੰਡੂਸੇ ਪੂਰਾ ਰੌਣਕ ਮੇਲਾ ਚ ਖਬੜਾ ਖਬੜਾ ਜਾਵਾਂਗੇ ਕਿਵੇਂ ਹੈ ਜਾਵਾਂਗੇ ਕਿਵੇਂ ਮੈਂ ਘੋੜੀ ਤੇ ਜਾਊਂਗਾ ਡੈਡੀ ਉਹ ਟਰੈਕਟਰ ਲੈ ਕੇ ਜਾਣਗੇ ਜੰਡੀਰ ਮੈਂ ਸਤਵਿੰਦਰ ਗੁਰੀ ਤੁਸੀਂ ਬਸ ਹੱਸ ਕਰ ਕਿਉਂ ਲੈ ਕੇ ਆਪਾਂ ਮੇਰੀ ਗੱਲ ਨਾ ਉਹ ਤਾਂ ਨਹੀਂ ਹੈਗੀ ਲੋੜ ਮੋਟਰਸਾਈਕਲ ਦੀ ਨਾ ਨਾ ਮੋਟਰਸਾਈਕਲ ਵਿੱਚ ਹੁਣ ਕੀ ਕਰਨਾ ਦੇਖਾ ਗੁਰੀ ਦੀ ਮੈਚਿੰਗ ਤਾਂ ਦਿਖਾ ਮੇਰੇ ਨਾਲ ਬਲੈਕ ਉਹ ਬਾਅਦ ਮੈਚਿੰਗ ਮੈਚਿੰਗ ਤੇ ਐਵੇਂ ਮੋਟਰਸਾਈਕਲ ਹੈ ਕਹਿੰਦੇ ਵੀ ਕਈ ਵਾਰ ਜੋ ਸਾਹ ਦੇ ਅੰਦਰ ਕੀੜਾ ਉੱਠ ਖੜਦਾ ਨਹੀਂ ਆਉਂਦਾ ਅੱਛਾ ਕੋੜੀ ਮੈਨੂੰ ਭਜਾਉਣ ਦਾ ਹਾਂ ਹਾਂ ਯਾਰ ਸਹੀ ਕਰੋ ਗੱਡੀ ਦੇ ਵਿੱਚ ਲੋਟ ਨਹੀਂ ਆਉਂਦਾ ਕੰਮ ਗੱਡੀ ਵਾਲਾ ਤਾਂ ਨਹੀਂ ਲੋਟ ਆ ਵੀ ਕਈ ਵਾਰ ਆਪਾਂ ਐ ਕਰਨਾ ਹੋਵੇ ਗੱਡੀ ਨਾਲ ਸਕਾਰਪੀਓ ਨਾਲ ਘੋੜੀ ਤੇ ਮੂਰੋ ਮੋਟਰਸਾਈਕਲ ਤੇ ਵੀਡੀਓ ਫਿਰ ਮੋਟਰਸਾਈਕਲ ਲੈ ਕੇ ਪਾਉਣਾ ਉਹ ਕਹਿੰਦੇ ਵੀ ਐਕਟਰ ਚੰਗਾ ਤੋਂ ਹਾਂ ਕਹਿੰਦੇ ਥੋੜੀ ਜਿਹੀ ਐਕਟਿੰਗ ਕਰਨੀ ਪਊ ਹੈ ਹਾਂ ਐਕਟਿੰਗ ਕਰਨੀ ਪਊ ਮੈਂ ਕੋਈ ਚੱਕਰ ਨਹੀਂ ਕਰ ਦਾਂਗੀ ਐਕਟਿੰਗ ਵੀ ਆਪਾਂ ਠੋਕ ਕੇ ਲੈਤਾ ਰੁਪਈਆ ਲੈ ਲਿਆ ਆਪਾਂ ਕਿੰਨਾ ਦੱਸ 50000 ਰੁਪਏ ਲੈ ਲਿਆ ਵਾਹ ਬਈ ਵਾਹ ਵੱਧ ਨਹੀਂ ਘੱਟ ਨਹੀਂ ਪੂਰਾ ਸਹੀ 50000 मिल गई बेचारी गवाच गई थी दो दिन किसी ने घरे रही आते ने तोरी सतविंदर गया सैकल से उ मनोज का सैकल लै गया मनोज खड़ा हो तो देखते हैं की बनता गा ये अड़ी वाली करती है सुखे दी बाली माड़ी गल आ दिखाने थोनों अगला सीन आ भजा आ सैकल से उस तों बाद घोड़ी देखते हैं की इवें आँदी है सैकल भैया का लिया चाल बई आ गई घोड़ी आई जाना मोड़ घोड़ी ते सवार हो गया सुके रहन दो भाई आ जा ओए गुरी आ जा कर चलो लापरी तू फड़ा दे नहीं बैंड में ते जमा ही नहीं आंदी रात ते और देखे ओदे पीछे भी आई जंदे बट ते भी आ जी गुरी हुणे ओदे कैमरा मैन ता वाड़ ते झोने च और यार कैमरा मैन निकोन Z50 दा लेके कैमरा वाड़ ता झोने च मैं गुरी जिवें आपां साइकल ते आए
ਮੈਂ ਸਿੰਘ ਚੜਾ ਨਾਲ ਬੁਰੀ ਬੈਠੀ ਹੈਗੀ ਬੁਰੀ ਦੀ ਘੋੜੀ ਫੜੀ ਵੀ ਆਏ ਖੇਤ ਆ ਗਏ ਠੀਕ ਆ ਆਉਣ ਸਾਰ ਪਹਿਲਾਂ ਗੇੜਾ ਦਿੱਤਾ ਗੇੜਾ ਦੇ ਕੇ ਉਸ ਤੋਂ ਬਾਅਦ ਮੂਰਤ ਤੇ ਗਏ ਪਾਣੀ ਪੂਣੀ ਪੀਤਾ ਠੀਕ ਉਸ ਤੋਂ ਬਾਅਦ ਫਿਰ ਜਦੋਂ ਜਾਣ ਲੱਗੇ ਫਿਰ ਸਾਈਕਲ ਉੱਥੇ ਹੀ ਖੜਾਤਾ ਖੇਤ ਹੀ ਉਸ ਤੋਂ ਬਾਅਦ ਫਿਰ ਘੋੜੀ ਨੂੰ ਮੈਂ ਗੁਗਰੀ ਨੂੰ ਘੋੜੀ ਦੇ ਉੱਪਰ ਐਂ ਬਿਠਾਇਆ ਤੇ ਨਾਲ ਉੱਪਰ ਬਹਿ ਗਿਆ ਤੇ ਬਸ ਘਰ ਨੂੰ ਵੱਗ ਕੇ ਜਾਂਦੇ ਇੰਨੇ ਦੇ ਬਸ ਆਪਣਾ ਇੱਕ ਗਾਣਾ ਕੰਪਲੀਟ ਹੋ ਜਾਊਗਾ ਇੱਕ ਪ੍ਰਮੋਸ਼ਨ ਪੂਰੀ ਹੋ ਜਾਊ ਠੀਕ ਆ ਨਾ ਐਡੀ ਇੱਕ ਸਟੋਰੀ ਆ ਆਪਣੀ ਤੇ ਉਹ ਤੋਂ ਗਾਹ ਫਿਰ ਆਪਾਂ ਅਗਲੀ ਸਟੋਰੀ ਸੋਚਾਂਗੇ ਠੀਕ ਆ ਹੁਣ ਇਹ ਸਟੋਰੀ ਕਰ ਹੁਣ ਐਂ ਕਰੋ ਤੁਸੀਂ ਉਹ ਸਾਈਕਲ ਲੱਭ ਕੇ ਇਹਦੇ ਸਾਈਕਲ ਮਨੋਜ ਲਈ ਫਿਰਦਾ ਸੀਗਾ ਦੇਖੀਏ ਆ ਮੋਟਰ ਮਾਟਰ ਤੇ ਦੇਖ ਲੋ ਕਿਹਦਾ ਖੜਾ ਹੋਊਗਾ ਨਹੀਂ ਹੈ ਤਾਂ ਉਹ ਦੇਖ ਉਹ ਤਾਂ ਮੋਟਰ ਹੈ ਜਾ ਕੇ ਮੋਟਰ ਵਾਲਾ ਫਿਰ ਜਾ ਇੱਧਰ ਬਈ ਇੱਥੇ ਗਿਆ ਮਨੋਜ ਇੱਧਰ ਨੂੰ ਜਾ ਰਿਹਾ ਮਨੋਜ ਨੂੰ ਫਾਈਨ ਕੀਤਾ ਜਾਵੇ ਚਲੋ ਵੀ ਸਾਈਕਲ ਲੱਭਣ ਜਾਓ ਹੁਣ ਸਾਡੀ ਡਿੱਟੋ ਕਾਫੀ ਕਹਿੰਦਾ ਕਿੱਥੇ ਲੱਭਣੀ ਨਾਲ ਹੋ ਕੇ ਭੱਜਣਾ ਸੀਗਾ ਵੀਡੀਓ ਬਣਾਉਣ ਲਈ ਸੋਨੇ ਦੀ ਕੀਮਤ ਨੀ ਉਹ ਕਰ ਸਕਦਾ ਮੈਂ ਜਾ ਕੇ ਪਾਉਣ ਲੱਗਿਆ ਕਮੈਂਟ ਚ ਪਈ ਨੀ ਹੈਗੀ ਮੈਂ ਪਾਉਂਦਾ ਜਿਵੇਂ ਬੀਬਾ ਤੇਰੇ ਹੀ ਕਮੈਂਟ ਆ ਬਹੁਤ ਦੂਰ ਨੇ ਮੇਰਾ ਪੂਰਾ ਜ਼ੂਮ ਕੀਤਾ ਵਾ ਸ਼ੀਸ਼ਾ ਖੋਲ ਲਾ ਆਪਦਾ ਹੌਲੀ ਹੌਲੀ ਚੱਲੀ ਚੰਗਾ ਡਰਾਉਣ ਦਾ ਬਾਈ ਬਾਹਲੀ ਘੰਟਾ ਬਣਾਉਣੀ ਸੀ ਡਰਦੀ ਨੀ ਬਾਈ ਕੰਨ ਚੱਕ ਲਈ ਉਹਦਾ ਮੌਸਮ ਬਣਦਾ ਬਈ ਕਿੰਨੇ ਗਾਣੇ ਪਏ ਬਾਈ ਤਿੰਨ ਗਾਣੇ ਨੇ ਚੜ੍ਹਦਾ ਜਾਊਗੀ ਮੇਰੀ ਗੱਲ ਸੁਣੋ ਫਿਰ ਚੜ੍ਹਦੀ ਦਾ ਚਲੋ ਜਦੋਂ ਕਲੋਜ਼ ਅਪ ਇੱਥੇ ਤੇ ਲੂ ਫਿਰ ਚੜ੍ਹਦੀ ਦਾ ਸੀਨ ਕਿਵੇਂ ਆਊ ਪਹਿਲਾਂ ਲੈਣਾ ਪਊ ਬਸ ਕੱਲਾ ਫਿਰ ਪਹਿਲਾਂ ਇੱਥੇ ਲੈਣਾ ਇੱਕ ਮਿੰਟ ਚੱਲ ਸੁਕੀ ਲੈ ਸੀ ਇਹਨੂੰ ਹੱਸ ਕੇ ਠੀਕ ਆ ਨਾ ਮੈਂ ਹੋਰ ਹੀ ਤਾਂ ਨਹੀਂ ਲੱਗਦਾ ਬੈਠਾ ਦਿਖਾਈ ਸਤਿੰਦਰ ਭੱਜ ਕੇ ਦਿਖਾ ਕੇ ਇਹਦਾ ਮੱਖਾ ਮੇਰੇ ਲੜ ਗਿਆ ਜੇ ਤੂੰ ਜ਼ੂਮ ਲੈਣਾ ਚੜ੍ਹ ਜਾਏਗੀ ਨਾ ਹਾਂ
ਫਟੇਪਟ ਮੂਹ ਨੂੰ ਇਹਦੇ ਪਟੇ ਨੂੰ ਤੁਸੀਂ ਕੋਈ ਨਾ ਕੋਈ ਨਾ ਕੋਈ ਨਾ ਆ ਕੱਟ ਵੱਧ ਕੇ ਜੀ ਲਾ ਦਾਂਗੇ ਆ ਤਾਂ ਤੁਸੀਂ ਉੱਤਨੀ ਹੈ ਵਾਲ ਸਾਗ ਮੇਰਾ ਤਾਂ ਘੜਾ ਦਾ ਜਲੂਸ ਰੋਕ ਜੋ ਮੂਹ ਨੂੰ ਹੋ ਜਾ ਇੱਕ ਮਿੰਟ ਬਹਿਣਾਗਾ ਬੁਰੀ ਆ ਮੜੇ ਟਾਈਟ ਕਰਨਾ ਬਸ ਚਲੋ ਆਉਣ ਦੇ चलो 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 नहीं नहीं किधर वहाँ इतने सही है गाड़ी पाल दिया टायर देख भाई किन्ने घट आंदे ना कुड़ी दे चलो चलो नहीं भाई हो गया बंद चलो चलो भाई चलो एक बार होर भाई होर आ थोड़ी स्पीड दे नाल थोड़ी फड़ दे भी ओमे घुमा के देखियो है भाई ओमे घुमा के दूजी ओमे अपना जी हाँ जिवें पिछों लिया के हैं पग भाई थोड़ी थले जी वाली है थोड़ी उपर जेनू कर लो चलो
ਵੀਡੀਓ ਤੇ ਗਾੜੀ ਦਿਖਾ ਦੇ। सीधी नहीं खड़ी होंगी है ना भाई, लत्त सीधिया करनी। हाँ बढ़ लो भाई, बन गई पंड। जोल साहब लैन खान लग गए रोटी। उधर पाई हुई है रोटी अपनी। इधर भी राणू का भी लंच टाइम चलता, हरा हरा घा। इधर तो लंच टाइम चलते ही चलता, खेत की रोटी का भी वखरा ही स्वाद होंगे है ना। अदरक आवला रोटी प्याज नज़ारा आता ना, बड़ा स्वाद। एक उदो बड़ा स्वाद है, खेत बंदा तुरया फिरता रहा, धुप होंगी आ बंदा थक जाता, भुख बाली लगती है, फिर जो खाता बाली स्वाद लगती है। ये रौनक मेला खेत का है ना। नजारे जिंदगी दे। ग्राउंड बस थोड़े जे शॉर्ट रह गए अपने, बाकी सारा कुछ हो गया डन। गल करदा मैं भी लोकां दा पता ही नहीं भी सिस्टम की है, भी चाहुंदे की ने, दिल च की आ की नहीं की ना। एक कुड़ी आ, मैं आपां ना उहदे जिहड़ा ब्लॉग पाया सी, किहड़ा जिथे आपां जगराव मंडी ते गए आ, घोड़े वाली दी थां गए सी, ठीक आ, उहदा दिखाउणा तुहानूं दस्सा। ਉਹਦਾ ਪਤਾ ਕੀ ਹੋਇਆ, ਆ ਬਲੌਗ ਬਣਾਇਆ ਸੁੱਕੀ, ਬਲੌਗ ਦੇ ਵਿੱਚ ਨਾ ਕੁੜੀ ਨੇ ਕਮੈਂਟ ਕੀਤਾ, ਵੀਰੇ ਇੱਦਾਂ ਦੇ ਪਰਸ ਨਾਲ ਕਿਉਂ ਪਿੱਕ ਕਰਾਉਂਦੇ ਹੋ, ਤੁਹਾਡੇ ਇਸ ਤੋਂ ਜ਼ਿਆਦਾ ਰਿਸਪੈਕਟ ਆ, ਤੁਸੀਂ ਪੱਗ ਬੰਨੀ ਹੋਈ ਆ, ਇਸ ਨੂੰ ਤੁਹਾਡੇ ਨਾਲ ਕਰਾਉਣੀ ਚਾਹੀਦੀ ਆ। ਵੀ ਪਹਿਲਾਂ ਪੁੱਛਣ ਵਾਲਾ ਹੋਵੇ ਵੀ ਤੂੰ ਇੰਨਾ ਕਾਹਤੋਂ ਮੱਚੀ ਆ, ਕੀ ਕਹਿੰਦੀ ਕੀ ਕਹਿੰਦੀ ਵੀ ਹਾਂ ਵੀ ਤੂੰ ਮੱਚਦੀ ਆ, ਵੀ ਹਾਂ ਤੁਸੀਂ ਕਾਹਤੋਂ ਕਰਾਈ ਆ ਨਾ ਫੋਟੋ ਵੀ। जे जितना मुकाबले नाल जितो, क्योंकि दूजा दे करदार करदार ते ना बोलो, हुण तू किहदे करदार ते बोल दियां, पुछण वाला होवे आ लोकां दियां गल्लां देख लो भी पहला तू आप सिख केड़ी हैगी आ कुड़ी, भी पहला तू आप इन्हां नूं अमल कर फिर गल करी साडे नाल। ਫੇਰ ਲੋਕਾਂ ਦਾ ਕਹੋ ਦੇ ਰਸਤਾ ਹੈ ਨਾ, ਉਹਦੀ ਵੀ ਟੋਟਾ ਨਹੀਂ ਮਾਰਦੀ ਵੀ। ਹਾਂ ਤੂੰ ਉਹ ਆਪਦਾ ਨਹੀਂ ਦੇਖਦੀ, ਮੈਂ ਪਹਿਲਾਂ ਜਾਂ ਤਾਂ ਫਿਰ ਉਹੋ ਜਿਹਾ ਪਾਵੇ ਨਾ, ਵੀ ਸਮਝ ਨਹੀਂ ਆਉਂਦੀ ਵੀ ਤੂੰ ਕਹਿਣਾ ਕੀ ਚਾਹੁੰਦਾ, ਕਰਨਾ ਕੀ ਚਾਹੁੰਦਾ, ਕੀ ਨਹੀਂ। ਹੋਰ ਗੱਲ ਦੱਸਦਾ, ਮੈਨੂੰ ਐ ਜਿਵੇਂ ਮੈਂ ਘੋੜੇ ਦੀ ਵੀਡੀਓ ਨਹੀਂ ਪਾਈ ਇੰਸਟਾਗ੍ਰਾਮ ਤੇ, ਕੁੜਾ ਭਜਾਈ ਜਾਂਦਾ ਸੀਗਾ ਹੈ ਨਾ, ਤੇ ਇੱਕ ਥੱਲੇ ਬਾਈ ਦਾ ਕਮੈਂਟ ਆਇਆ, ਚਲੋ ਆਪਾਂ ਨੂੰ ਵੀ ਪਤਾ ਵੀ ਮਾੜੀ ਗੱਲ ਆ ਵੀ ਸੜਕ ਤੇ ਭਜਾਉਣਾ, ਇੱਕ ਨੇ ਕਮੈਂਟ ਕੀਤਾ ਕਹਿੰਦਾ ਘੋੜੀ ਨੂੰ ਕਿਉਂ ਜਾਨਵਰ ਤੇ, ਕਹਿੰਦਾ ਤੇਰਾ ਤਾਂ ਕੁਛ ਨਹੀਂ ਜਾਣਾ, ਡੰਗਰ ਵਿਚਾਰੇ ਦੇ ਸੱਟ ਵੱਜੂਗੀ, ਜਾ ਜਾਂਦੀ ਕਰੇਗਾ। ਮੈਂ ਚੱਲ ਦੇਖਦਾ, ਮੈਂ ਐਡੀ ਖੋਲੀ ਆਪ ਸੜਕ ਤੇ ਘੋੜੀ ਭਜਾਈ ਵੀ ਫੁੱਲ। ਹਾਂ ਉਹੀ ਤਾਂ ਗੱਲ, ਇੱਕ ਹੋਰ ਗੱਲ ਇਹ ਕੁੜੀ ਦਾ ਸ਼ਾਇਦ ਕਮੈਂਟ ਕੀਤਾ ਪਿਆ ਵੀ ਹਾਂ ਵੀ ਹੈ ਕਰਦਾ ਫਲਾਨਾ ਧਮਕਾ, ਵੀ ਕਹਿਣ ਦਾ ਭਾਵ ਮੇਰਾ ਹੈ ਵੀ ਤੂੰ ਵੀ ਕੁੜੀ ਆ, ਕੱਲ ਨੂੰ ਵੀ ਤੈਂ ਵੀ ਕਿਤੇ ਜਾਣਾ ਹੋਣਾ ਫਲਾਨਾ, ਵੀ ਹਾਂ ਕਹਿੰਦੇ ਵੀ ਇਹ ਕਰਕੇ ਘਰ ਵਾਲੀ ਨੂੰ ਲੈ ਕੇ ਤੁਰ ਪੈਂਦਾ, ਇਹ ਕਰ ਦਿੰਦਾ ਫਲਾਨਾ ਧਮਕਾ, ਵੀ ਤੂੰ ਤੇਰੇ ਘਰ ਵਾਲੇ ਨਾਲ ਜਾਂਦੀ ਨੀ ਕਿਤੇ ਪੁੱਛਣ ਵਾਲਾ ਹੋਵੇ, तू पाई की बैठी बोली की जानी है, पहली गल मिर्च तेरे लगी पी आ, ओही बोली जाते, हां तू फिर ये बनी नहीं सकती फिर कुछ हो दूजा ने कहने बोलो।